ਹਰ ਸਾਲ ਦੀਵਾਲੀ 'ਤੇ ਚਲਾਏ ਜਾਂਦੇ ਨੇ ਲੱਖਾਂ ਰੁਪਏ ਦੇ ਪਟਾਕੇ ਜਿੱਥੇ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ, ਉੱਥੇ ਕਈ ਵਾਰ ਜਾਨੀ ਮਾਲੀ ਨੁਕਸਾਨ ਵੀ ਕਰਦੇ ਹਨ, ਜਿਸ ਦਾ ਵੱਡਾ ਕਾਰਨ ਲੋਕਾਂ 'ਚ ਚੇਤਨਾ ਦੀ ਵੱਡੀ ਘਾਟ ਮੰਨਿਆ ਜਾਂਦਾ ਹੈ। ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਇੱਕ ਪਹਿਲਕਦਮੀ ਵਿਸ਼ਵ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ ਵੱਲੋਂ ਕੀਤੀ ਗਈ। ਉਹਨਾਂ ਨੇ ਇਸ ਨੂੰ ਆਪਣਾ ਫਰਜ਼ ਸਮਝਿਆ ਅਤੇ ਇਸ ਸਾਲ ਤੋਂ ਬੱਚਿਆਂ ਦੇ ਸਹਿਯੋਗ ਨਾਲ ਗ੍ਰੀਨ ਦੀਵਾਲੀ ਇੱਕੋ ਸਿੱਖ ਮਨਾਉਣ ਦਾ ਸੁਨੇਹਾ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਅਸੀਂ ਆਪਣੇ ਵਾਤਾਵਰਨ ਦੇ ਹਾਲਾਤ ਤੋਂ ਬੇਖਬਰ ਹੋ ਕੇ ਗੁਰੂਆਂ ਪੀਰਾਂ ਵੱਲੋਂ ਤੋਹਫ਼ੇ 'ਚ ਮਿਲੀ ਇਸ ਭੇਟ ਨੂੰ ਗੰਦਲਾ ਕਰ ਰਹੇ ਹਾਂ। ਜੇਕਰ ਹਰ ਵਿਅਕਤੀ ਦੀਵਾਲੀ ਵਾਲੇ ਦਿਨ ਪਟਾਕਿਆਂ ਦੀ ਜਗ੍ਹਾ ਇੱਕ ਰੁੱਖ ਲਗਾਵੇ ਤਾਂ ਬੇਸ਼ਕੀਮਤੀ ਧਰਤੀ ਦੀ ਹਰਿਆਲੀ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਲੋੜ ਹੈ ਇਸ ਦਿਨ ਪਟਾਕਿਆਂ ਦੇ ਬਦਲੇ ਲੋਕ ਆਪਣੇ ਮਨਾਂ ਦੀ ਕਮਜ਼ੋਰ ਸੋਚ ਨੂੰ ਅੱਗ ਲਗਾਉਣ। ਇਸ ਮੌਕੇ ਉਹਨਾਂ ਨੇ ਸਭ ਨੂੰ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਹਰ ਘਰ 'ਚ ਲਾਗੂ ਕਰਨ ਦੀ ਅਪੀਲ ਵੀ ਕੀਤੀ ਹੈ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।